ਬੱਚਾ ਐਡਾ ਅੱਛਾ ਡਾਂਸ ਕਰਦਾ, ਇਹਦੀ ਮਾਂ ਕਿੱਡਾ ਸੋਹਣਾ ਕਰਦੀ ਹੋਈ। ਹਾਂ ਜੀ, ਤੁਹਾਡੀ ਭੈਣ ਸੀ। ਪੁੱਛੋ ਜਾ ਕੇ ਮੈਨੂੰ ਕੀ ਕਹਿੰਦੇ ਹੋ, ਆ ਬੈਠ ਗਏ ਬਜਾਓ। ਬਗਾੜੇ ਦੇ ਪੁੱਤੜ ਐਨਕ ਲਾਈ, ਤੂੰ ਬਾਜਾ ਵੇਲ ਕੱਢਣਾ। ਮੈਂ ਜੀ ਨਿਕਾਹ ਖਾਂ। ਚੱਲ ਤੂੰ ਭੈਣ ਖਾਂ, ਤੇਰੀਆਂ ਅੱਖਾਂ ਵੱਡੀਆਂ ਹੋ ਸਕਦੀਆਂ ਨੇ। ਉਹ ਕਿਵੇਂ? ਕਿਸ ਦਿਨ ਅਚਾਨਕ ਆਪਣੇ ਘਰ ਚਲਾ ਜਾ, ਇੰਜ ਜਾਣੇ ਨਾ ਅੱਜ ਦੀ ਹੋ ਜਾਏ। ਹੋਰ ਮੋਟਾ ਹੋ ਸਕਦਾ ਹੈ ਬਗੈਰਾ ਧੋਈਆ। ਮਤਲਬ ਕੀ ਕਹਿ ਰਹੇ? ਮੁੰਡਾ ਬਰਾਤ ਕਾਤੇ ਜਾਣੀ ਹੈ? ਘੋੜੇ ਤੇ? ਘੋੜੇ ਤੇ ਨਹੀਂ ਸੀ ਭੇਜਣੀ ਖਾਨਾ ਖੜਾ। ਕਿਉਂ? ਘੋੜੇ ਤੇ ਬੜਾ ਨੁਕਸਾਨ ਹੁੰਦਾ ਜੀ। ਉਹ ਗੱਲ ਮੇਰੇ ਅੱਬੇ ਨਾਲ ਬੜੀ ਕੁੜੀ ਹੋਈ ਸੀ, ਮੇਰੇ ਅੱਬੇ ਦਾ ਜਦੋਂ ਵਿਆਹ ਹੋਇਆ ਨਾ, ਕਹਿੰਦੇ ਘੋੜੇ ਤੇ ਪਾਓ, ਘੋੜੇ ਤੇ। ਮੇਰੇ ਅੱਬੇ ਨੂੰ ਘੋੜੀ ਤੇ ਪਾਤਾ। ਉਹ ਕਿਉਂ? ਘੋੜੀ ਤੇ ਮੇਰਾ ਆਪਾ ਬੈਠਾ, ਕਿਸੇ ਬੰਦੇ ਨੇ ਛੜਾੜਾ ਤੇ ਮੈਂ ਘੋੜੀ ਦੇ ਪਿੱਛੇ ਸਿਗਰਟ ਲਾਤਾ, ਘੋੜੀ ਨਿਕਲ ਗਈ। ਘੋੜੀ ਨੇ ਸਾਨੂੰ ਕੱਢੀਆਂ ਬਾਲਾ। ਅਗਲੇ ਦਿਨ ਜਦੋਂ ਵਾਪਸ ਆਈ ਨਾ ਘੋੜੀ, ਕਹਿੰਦੀ ਮੈਂ ਤੁਹਾਡੇ ਨੂੰ ਨਹੀਂ ਜਾਣਾ। ਕਿਉਂ? ਕਹਿੰਦੀ ਦੂਜੀ ਘੋੜੀ ਲਿਆਉਂਦੀ। ਅੱਛਾ, ਉਹਦੇ ਉੱਤੇ ਆਪਾ ਪਾਇਆ? ਅੱਛਾ, ਉਹਦੇ ਉੱਤੇ ਜਦੋਂ ਆਪਾ ਬੈਠਾ ਨਾ, ਕਿਸੇ ਨੇ ਕੱਢ ਦਿੱਤਾ ਫੈੜ। ਉਹ ਘੋੜੀ ਸੀ ਰੇਸ ਵਾਲੀ। ਅੱਛਾ, ਕਿਸੇ ਨੇ ਫੜ ਕੀਤਾ, ਘੋੜੀ ਨਿਕਲ ਗਈ। ਘੋੜੀ ਮੇਰੇ ਆਪਾਂ ਤਾਂ ਪਹਿਲੇ ਉੱਥੇ ਪਹੁੰਚ ਗਈ। ਹਾਂ, ਇਹ ਵੀ ਅੱਲਾ ਦਾ ਸ਼ੁਕਰ ਹੈ ਘੋੜੀ ਸੀ। ਘੋੜੀ ਘੋੜਾ ਹੁੰਦਾ ਤਾਂ ਹੋਰ ਵਸਤ ਪੈ ਜਾਣਾ ਸੀ। ਘੋੜੇ ਨੇ ਕੱਢਣੀਆਂ ਸੀ ਹੜਕਤਾਂ ਪੁੱਟੀਆਂ ਸਿੱਧੀਆਂ। ਆਪੇ ਨੂੰ ਆਉਣਾ ਸੀ ਜਵਾਬ, ਆਪੇ ਨੂੰ ਜਵਾਬ ਹੋਣਾ ਸੀ, ਮੈਂ ਵੀ ਨਹੀਂ ਸੀ ਹੋਣਾ। ਜੇ ਮੇਰੇ ਆਪੇ ਨੂੰ ਜਵਾਬ ਹੁੰਦਾ, ਮੈਂ ਨਹੀਂ ਸੀ ਹੋਣਾ। ਜੇ ਮੈਂ ਹੁੰਦਾ ਫਿਰ ਤੁਹਾਡੇ ਕੀ ਹੁੰਦਾ? ਤੁਸੀਂ ਮਾਮੂਲੀ ਸਮਝਦੇ ਹੋ? ਆਹੋ, ਮੈਂ ਵਜ਼ੀਰਾਂ ਦਾ ਪੁੱਤਰ ਹਾਂ। ਕਿਹੜੇ ਵਜ਼ੀਰਾਂ ਦਾ? ਵਜ਼ੀਰਾਂ ਦਾਈ ਦਾ। ਦਾਈ ਦਾ ਪੁੱਤਰ ਹੈ, ਆਪਣਾ ਕੇਸ ਖੜਾ ਵੀ। ਉਹ ਮੈਂ ਵੀ ਸਾਈ ਨੂੰ ਪਛਾਣ ਲਿਆ ਜੀ। ਅੱਛਾ, ਹਾਂ, ਫਿਲਮ ਬਣੀ ਹੈ ਨਾ ਆਪਣਾ ਸੁਲਤਾਨਾ ਡਾਕੂ, ਤੇ ਸਾਈ ਦੀ ਭੈਣ ਦੀ ਫਿਲਮ ਆ ਰਹੀ ਹੈ ਫਰਜ਼ਾਨਾ ਡਾਕੂ। ਫਰਜ਼ਾਨਾ ਡਾਕੂ? ਇਹ ਘਰ ਦੇ ਡਾਕੂ ਪਾ ਲੈਣੇ ਬਰਾਤ ਜਾਣੀ ਭਾਈ? ਤਿਆਰੀ ਮੁਕੰਮਲ ਹੈ, ਲਾੜੇ ਨੂੰ ਬੁਲਾਵਾ? ਨਹੀਂ, ਅਜੇ ਤਿਆਰੀ ਮੁਕੰਮਲ ਨਹੀਂ। ਨੁਹਾਣ ਵਾਲਾ ਫੱਟਾ ਲਾਇਆ। ਨੁਹਾਣ ਇਹ ਕੀ ਜੰਜ ਮਿਆਨੀ ਸਾਹਿਬ ਲੈ ਕੇ ਜਾਣੀ ਅਸੀਂ ਫੱਟਾ ਲੈ? ਉਹ ਤੇਰੇ ਛੱਡ ਕੇ ਇਹ ਕਹੋਗੇ ਸਾਈਕਲ ਤੇ ਸਫਾ ਵੇਚਣਾ? ਇਹ ਕੌਣ ਲਿਸੀ ਕੁੱਤੀ? ਇਹ ਕੌਣ ਹੈ? ਤੁਹਾਡਾ ਬਹਿਨੋਈ ਹੈ। ਉਹ ਤੇਰੇ ਸਦਕੇ ਅਸੀਂ ਕਿਹੜੀ ਭੈਣ ਦੂਰ ਦਰਾਜ ਵਿਆਹੀ ਹੈ? ਇਹ ਕੌਣ ਹੈ? ਇਹ ਪੁੱਤਰ ਹੈ ਮੇਰਾ ਜੀ। ਇਹਨੂੰ ਮੈਂ ਕੀ ਕਹਿਣਾ, ਤੇਰੇ ਤੇ ਲੱਖ ਲਾਣਾ ਤੀ। ਇਹ ਪੁੱਤਰ ਜੰਮਣ ਨਾਲੋਂ ਚੰਗਾ ਸੀ, ਤੂੰ ਲੋਟਾ ਜੰਮ ਲੈਂਦਾ, ਔਖੇ ਵੇਲੇ ਸਹਾਰਾ ਤੇ ਬਣਦਾ ਤੇਰਾ। ਮੈਨੂੰ ਕੀ ਪੁੱਛਦੇ? ਆਪਣੀ ਭੈਣ ਨੂੰ ਪੁੱਛੋ। ਕਿਹੜੀ ਭੈਣ ਅਸੀਂ ਦਿੱਤੀ ਕੋ ਭੈਣ? ਇਹਨੂੰ ਹੈਗੀ ਸੀ ਇੱਕ, ਉਹਨੇ ਆਪਣੀ ਮਰਜ਼ੀ ਕਰ ਲਈ। ਇਹ ਲਾਲਾ ਕਿੱਥੇ ਆ? ਉੱਤੋਂ ਨੀ ਲੱਭਣ ਡਿਆ? ਥੱਲੇ ਲੱਭ ਲੈ। ਥੱਲੇ ਵੀ ਨੀ ਹੈਗਾ, ਉੱਤੇ ਵੀ ਨੀ ਹੈਗਾ। ਬਗਾੜਾ ਬੜੇ ਆਪਾਂ ਕਦੀ ਟਾਈਮ ਨਾ ਲੱਭੇ ਸਾਡਾ। ਓਏ ਅੱਬਾ ਨੀ ਲੱਭਦਾ, ਜੰਜ ਸਾਰੀ ਤਿਆਰ ਏ। ਮੈਂ ਤੇ ਕਹਿੰਦਾ ਹਮਸਾਇਆ ਦਾ ਕੋਈ ਬੰਦਾ ਲੈ ਚੱਲੀਏ। ਯਾਦਗਾਰ ਕੋੜੇ ਵੱਜਣੇ ਨੇ। ਤੁਹਾਨੂੰ
ਨਹੀਂ ਲੱਭਣ ਡਿਆ ਅੱਬਾ, ਕਿੱਥੇ ਗਿਆ ਸਾ ਤੂੰ? ਜੰਜ ਤਿਆਰ ਹੈ, ਦਫਨਾ ਦਿਓ ਫਿਰ। ਲਓ ਅੱਬਾ ਸਾਡਾ ਵੇਖ ਲਓ, ਅੱਬਾ ਘੱਟ ਤੇ ਕਲਗੀ ਵਾਲਾ ਕੁੱਕੜ ਬਹੁਤਾ ਲੱਗਣ ਡਿਆ। ਦਫਾ ਹੋ ਜਾ, ਤੂੰ ਇਹਨਾਂ ਦਾ ਵੱਡਾ ਭਰਾ ਕੁੱਤਿਆ। ਸਾਡੇ ਪਿੰਡ ਮਾਮੂਲੀ ਬੰਦਾ ਨਾ ਸਮਝਣਾ, ਅੱਲਾ ਨੇ ਫਰਨਾ ਹੋਟਲ ਚ ਕੰਮ ਕਰਦਾ ਜੀ, ਦਰਵਾਜ਼ਾ ਖੋਲਦਾ ਜੀ। ਓਏ ਅੱਬਾ ਗੱਲ ਸੁਣੇ ਨਾ, ਓਏ ਅਸੀਂ ਜੰਜ ਤੇ ਜਾਣਾ, ਤੂੰ ਬੜੀ ਮਾਏ ਵਾਲੀ ਪੱਗ ਬੰਨੀ ਹੋਈ ਏ, ਕੀ ਭੈਣ ਦੀ ਤਰੀਕ ਆ? ਜੱਜ ਨੇ ਫੈਸਲਾ ਕਰਤਾ ਫੇਰ ਤਾਜ਼ਾ ਕਰਕੇ। ਇਹਨਾਂ ਦਾ ਕੀ ਕਰਨਾ ਜੀ, ਜੰਜ ਤੇ ਆ ਰਿਹਾ ਬਾਈ। ਚੌਧਰੀ ਸਾਹਿਬ, ਤੁਹਾਡੇ ਕਿਸ ਕਿਸਮ ਦੇ ਬੱਚੇ ਨੇ? ਐਡਾ ਮੋਟਾ, ਐ ਸਾਈ, ਐ ਕਿਸ ਤਰ੍ਹਾਂ ਦੇ ਨੇ ਸਾਰੇ? ਬਸ ਉਹ ਸਿਹਤਮੰਦ ਹੈ, ਉਹ ਗਰਜ਼ਮੰਦ ਹੈ। ਮੈਂ ਜ਼ਰੂਰਤਮੰਦ ਆ ਤੇ ਤੂੰ ਅਕਲਮੰਦ ਹੈ। ਓਏ ਅਸੀਂ ਕੋਲ ਸਿਰਫ ਅਕਲ ਹੁੰਦੀ ਹੈ, ਜਾਓ ਜਾ ਕੇ ਛੱਤ ਤੇ ਬੈਠੋ ਬਸ। ਵੈਸੇ ਇਹ ਤੁਹਾਡਾ ਡੱਬਾ ਹੈ? ਇਹ ਤੁਹਾਡਾ ਡੱਬਾ ਹੈ? ਆਹੋ ਸਾਡਾ ਬਾਈ। ਲੋ 200 ਲੋਕਾਂ ਨੇ ਇਹੋ ਜਿਹੇ ਖੋਤੇ ਨਹੀਂ ਰੱਖੇ, ਤੂੰ ਹਾਂ ਬਾ ਰੱਖਿਆ ਹੈ। ਬੇਵਕੂਫਾ, ਰੱਖਣਾ ਵੀ ਕੰਮ ਹੈ। ਹਾਂ ਮੈਂ ਆਪਣਾ ਘਰ ਵਾਲੇ ਨੂੰ ਹੌਸਲਾ ਫੜਨ। ਖੋਤਾ ਨਾ, ਹਾਂਜੀ, ਇਹਨੂੰ ਘਰ ਲੈ ਜਾ ਤੇ ਮਾਂ ਨੂੰ ਕਹਿ ਕੇ ਮਰਜ਼ੀ ਦੀਆਂ ਗੰਢਾਂ ਉੱਤੇ ਲੱਦ ਕੇ ਨਾ ਤੇ ਮੌਜਾਂ ਕਰ ਦਿੱਤੇ। ਦੱਸ ਉਹ ਘਰ ਲੈ ਗਏ ਤੈਨੂੰ ਤੇ ਬੇਬੇ ਦੀ ਕਬਰ ਤੇ ਮਿੱਟੀ ਕਿੰਨੇ ਪਾਣੀ ਆ? ਓਏ ਰਹਿਣ ਦੇ ਲਾਲਾ, ਉਹ ਸਕੀਮ 'ਚ ਆ ਗਈ। ਅੱਬਾ ਮੋਦੀ ਸਾਹਿਬ, ਅਸੀਂ ਕਿੱਥੇ ਪੈਣਾ? ਤੁਸੀਂ ਪੈਸੇ ਹੀ ਪੈਣਾ ਹੈ। ਤੈਨੂੰ ਖੋਤਾ ਕਹਿ ਗਿਆ, ਉਹਨੂੰ ਪਤਾ ਨੀ ਆਪਾਂ ਸਾਡਾ ਸੂਟ ਸਾਈ ਲੋਕਾ। ਤੂੰ ਹੈਗਾ ਸਿੱਧੜ ਜਿਹਾ, ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ ਕਿ ਮੇਰਾ ਪੁੱਤ ਸਾਈ ਲੋਕ ਆ। ਸਮਝ ਆਈ ਆ? ਲੋਕ ਵੀ ਇਸ ਵੇਲੇ ਸਮਝਦੇ ਨੇ। ਬਾਸ ਵੀ ਕਰੀ ਦੀ ਹੁੰਦੀ, ਜਾ ਕੇ ਉਹਨੂੰ ਬੁਲਾ ਕੇ ਲਿਆ। ਅੱਛੂ ਨੂੰ ਮੈਂ ਨਹੀਂ ਬੁਲਾਉਣਾ, ਜਿਹਦਾ ਵਿਆਹ ਵਾ ਮੈਂ ਨਹੀਂ ਬੁਲਾਉਣਾ। ਕੰਮ ਕਰ ਤੂੰ, ਕਰਦਾ ਕੀ ਫਿਰਦਾ ਜੀ? ਮੈਂ ਤਾਂ ਨਹੀਂ ਸਮਝਦਾ ਨਹੀਂ ਕਿਸ ਮੂੰਹ ਨੂੰ ਕਰਨਾ, ਇਹ ਤਾਂ ਮੇਰੀ ਮਾਂ ਦਾ ਖਾਣਾ ਖਰਾਬ ਹੋਇਆ। ਆਪ ਤਾਂ ਮਰ ਗਈ, ਮੈਨੂੰ ਕੋਈ ਨਹੀਂ ਕਿਸ ਚਵਲ ਦੇ ਮੂੰਹ ਤੇ ਖੜਾ ਦੇਣਾ। ਓਏ ਅੱਛੂ, ਓਏ ਅੱਛੂ, ਅੱਛੂ, ਓਏ ਅੱਛੂ, ਅੱਛੂ, ਅੱਛੂ ਤੂੰ ਨਾ ਮੜਾ। ਉਹ ਮੇਰਾ ਅੱਜ ਵਿਆਹ, ਹੁਣ ਹਰ ਚਵਲ ਨਾਲ ਹੱਥ ਮਿਲਾ ਲਾ ਮੈਂ। ਬੱਲੇ ਬਾਈ ਤੁਹਾਡੇ ਦਫਾ, ਤੂੰ ਤੇ ਮੇਰੇ ਵਿਆਹ ਵਾਲਾ ਜੀ ਸਾਡੇ ਚਵਲੇ ਤੇਰਾ ਲੱਭ ਨਹੀਂ ਫੈਲਦਾ। ਮੈਂ ਤੈਨੂੰ ਮੱਤ ਤੇ ਦੱਸ ਰਿਹਾ, ਪਰ ਮੈਂ ਨਾ ਤੂੰ ਸਾਈ ਹੈ, ਤੂੰ ਦੱਸ ਦੇਣਾ ਕੀ ਤੇਰੀ ਵਜ੍ਹਾ ਤੋਂ ਅਸੀਂ ਚਾਰ ਸ਼ਹਿਰ ਤਬਦੀਲ ਕੀਤੇ। ਠੀਕ ਹੈ, ਔਰਤਾਂ ਨੂੰ ਤੂੰ ਛੇੜਨਾ ਦਿੱਤੀਆਂ ਸਾਨੂੰ ਪੈਂਦੀਆਂ, ਇਹ ਸ਼ਹਿਰ ਇਸ ਨਾਲ ਦਾ ਭਲਾ ਬਦਲਿਆ, ਇਹ ਹੁਣ ਜਿੱਥੇ ਸਾਨੂੰ ਲੈ ਚੱਲੇ ਆ ਉਸ ਕੁੜੀ ਵਾਲਿਆਂ ਨਾਲ ਗੱਲ ਤੇਰੀ ਪੱਕੀ ਹੋਈ ਹੈ। ਉਹ ਮੈਂ ਨਾ ਤੇ ਕੁੜੀਆਂ ਨੂੰ ਤੇ ਮੈਂ ਤਾਂ ਛੇੜਦਾ ਹਾਂ ਕਿ ਚਲੋ ਯਾਰ ਕਿਸੇ ਹੱਕ ਨਿਕਾਹ ਹੋ ਗਿਆ, ਤੇ ਹੁਣ ਹੱਕ ਨਿਕਾਹ ਵਾਲੀ ਗੱਲ ਆ ਗਈ, ਚੱਲ ਕੇ ਦੂਜੋ ਜੱਟੀ ਵਿਆਹ ਲੈ। ਮਾਰਨ ਡੇ ਪੂਰੀ ਜੰਜ ਕਹਿਣ ਡੀ ਬਗੈਰ ਤੈਨੂੰ ਬਾਹਰ ਭੇਜੋ। ਚਲੋ ਮਾਮਾ ਚੱਲ ਕੇ ਮੂੰਹ ਦਿਖਾਓ ਨਾ, ਅੱਗੇ ਹੋਣਾ ਆਪਾਂ ਅਗਲੇ ਕੋਈ ਔਰਤ ਨਾਲ ਨੀ ਜਾਣੀ। ਓਏ ਔਰਤਾਂ ਖੜਨੀਆਂ ਨੇ, ਮੈਂ ਵਾਅਦਾ ਕੀਤਾ ਉਹਨਾਂ ਨਾਲ। ਆਹੋ ਮੈਂ ਕਹਿ ਰਹੀ ਕਿ 25 ਔਰਤਾਂ ਤੇ 25 ਮਰਦ ਆਉਣਗੇ। ਇਹ ਮੈਂ ਭੈਣ ਮੰਡਲੀ ਨੂੰ ਸਮਝਾ ਦਿਆ, ਉਹ ਤਿਆਰ ਹੋਣ ਡਈ ਸੀ। ਉਹ ਭੈਣ ਮੰਡਲੀਏ ਗੁਲਾਬੀ ਸੁਰਖੀ ਲਾ ਕੇ, ਮੇਰੇ ਪੁੱਤਰ ਦਾ ਵਿਆਹ ਮੈਨੂੰ ਨਾ ਖੁਸ਼ੀ ਹੋ। ਬੱਲੇ ਅੱਜ ਲੱਗਣ ਡਿਆ, ਤੇਰਾ ਆਪਣਾ ਵਿਆਹ ਹੈ? ਨਹੀਂ ਮੇਰਾ ਵਿਆਹ ਵੀ ਕੋਈ ਨੀ, ਤੇਰਾ ਹੀ ਵਿਆਹ। ਦੇਖੋ ਕਿੱਡੀ ਫੜੀ ਹੈ, ਇਹਦਾ ਡਰਦਾ ਕੋਈ ਮੁੰਡਾ, ਇਹਦਾ ਡਰਦਾ ਕੋਈ ਮੁੰਡਾ ਨੀ ਛੇੜਦਾ, ਕਿਤੇ ਮਨ ਹੀ ਨਾ ਜਾਏ। ਤਜਰਬਾਕਾਰ ਔਰਤ ਹੈ, ਭਾਵਾਂ ਭੈਣ ਹੈ ਮੇਰੀ, ਇਹਨੇ ਕਾਫਲਿਆਂ ਦੇ ਕਾਫਲੇ ਤਬਾਹ ਕੀਤੇ। Thank you.
ਗਏ ਨੇ ਸਾਰੇ। ਸ਼ਬਨਾ ਠਰਕੀ ਮੈਂ ਤੈਨੂੰ ਕੀ ਦੱਸਾਂ ਅੱਗੇ ਪਾ ਕੇ ਉਹਨੇ ਪਹਿਲਾਂ ਗੇਅਰ ਮੇਰੀ ਤਾਂ ਲਾਇਆ।